असलामुअलैकम जी ते मेरे चढ़दे पंजाब वाले मित्र भरावां नूं प्यार भरी सति श्री अकाल। मैं थोड़ा वीर सुहेल ज़िया गिरेवा ते तुसी देख रहे हो कबूतरां दा यूट्यूब चैनल पंजाबी शौकी कबूतरां दे। अज थोड़ी गलबात कराउण गए जी राणा गजनसर साहब दे इंटरव्यू च अपनी एक गल होई सी बाबा अजीज़ कसाई जिन्हां ने राणा साहब नूं कबूतर दित्ते सीगे एक चिट्टियां अखां वाला कबूतर ते एक चीना कबूतर। बाबा जी दी उह नाम आ जिहड़ा उदों इंटरव्यू च बड़ा वायरल होया सी ते मैनूं बड़े बंदे ने कहा वी बाबा अजीज़ आ जिहड़ा उहदा सानूं इंटरव्यू करो उन्हां दे शौक दे बारे दसो। अज पहुंचे जी बाबे अजीज़ कोल। बाबे अजीज़ कोलों आपां पुछांगे कि बाबे अजीज़ दा शौक आ जिहड़ा उह कित्थों बाबे नूं शौक पिया ते कबूतरां दी नसल आ जिहड़ी उहनां कोल किहड़ी आ ते बाकी गल्लां आपां बाबे अजीज़ नाल सांझियां करदे आं। अस्सलाम वालेकुम बाबा जी। वालेकुम अस्सलाम जी। की हाल चाल है बाबा जी? ठीक है जी, अल्लाह दा शुक्र है। बाबा जी कबूतरबाजी दा शौक करदे नूं कितना अरसा हो गया? मैनूं जी कबूतरबाजी साडे अब्बे री उड़ान दिंदे सी। अच्छा, ते उह पहले ही ना इस गल नूं 40 साल हो गए। जिहड़े तुहाडे अब्बा जी सीगे उहनां दा की नाम सीगा जी? अब्दुल गनी। ਬਾਬਾ ਅਬਦੁਲ ਗਨੀ। ਹਾਂਜੀ, ਉਹ ਆਪਣੇ ਜਦੋਂ ਪਾਕਿਸਤਾਨ ਦੀ ਇੰਡੀ ਦੀ ਵੰਡ ਹੋਈ ਮੈਂ ਕਬੂਤਰ ਉਦੋਂ ਹੀ ਲੈ ਕੇ ਆਇਆ। ਉਦੋਂ ਲੈ ਕੇ ਹਿੰਦੁਸਤਾਨ ਦੇ ਕਬੂਤਰ ਸਨ ਸਾਡੇ ਕੋਲੇ ਪਿਛਲੇ, ਤੇ ਗੁਰਜ਼ਾਰ ਤੇ ਮੇਰਾ ਅੱਬਾ ਅਬਦੁਲ ਗਨੀ, ਹਾਂਜੀ, ਇਹ ਦੋਵੇਂ ਰਲ ਕੇ ਸਾਰੀ ਉਮਰ ਇਕੱਠੇ ਹੀ ਉਡਾਉਂਦੇ ਰਹੇ ਨੇ ਤੇ ਨਾਲੇ ਇੱਦਾਂ ਸੀ ਜਿਵੇਂ ਦੋਵੇਂ ਸੱਕੇ ਭਰਾ ਹੁੰਦੇ। ਬਾਬਾ ਗੁਲਜ਼ਾਰ, ਮੈਂ ਤੁਹਾਨੂੰ ਅੱਗੇ ਦੱਸਿਆ ਵੀ ਬਾਬਾ ਗੁਲਜ਼ਾਰ 27 ਵਾਲਾ ਤੇ ਬਾਬਾ ਗਨੀ ਬਹੁਤ ਵੱਡਾ ਇੱਕ ਨਾਮ। ਹਾਂਜੀ, ਕਜਵਾਣੀ ਦੇ ਵਿੱਚ ਕਬੂਤਰਬਾਜੀ ਜਦੋਂ ਹੁੰਦੀ ਰਹੀ ਹੈ ਦੋਵੇਂ ਬੰਦੇ ਉੱਥੇ ਜਾ ਕੇ ਸ਼ੌਕ ਕਰਦੇ ਸੀ ਤੇ ਬਹੁਤ ਹੀ ਅੱਛਾ ਸ਼ੌਕ ਕਰਦੇ ਸੀ। ਜਿਹੜਾ ਬਾਬਾ ਗਨੀ ਕਬੂਤਰ ਲੈ ਗਿਆ ਚਾਚਾ ਅਜ਼ੀਜ਼, ਹਾਂਜੀ, ਚੜ੍ਹਦੇ ਪੰਜਾਬ 'ਚੋਂ, ਉਹ ਕਿਹੜੇ ਹਾਰਾਂ ਦੇ ਕਬੂਤਰ ਸੀ? ਉਹ ਜੀ ਇਹਨਾਂ ਦੇ ਦੂਸਰਾ ਨਹੀਂ ਸ਼ਾਖਾ ਕਬੂਤਰ ਸੀ। ਅੱਛਾ, ਤੇ ਵੱਡੇ ਚਿੱਟੇ ਮਸ਼ਹੂਰ ਸਨ ਕਬੂਤਰ। ਅੱਛਾ, ਕਿੰਨੇ ਕਬੂਤਰ ਲੈ ਗਿਆ ਸੀ ਬਾਬਾ? ਉੱਥੋਂ ਜੋੜਾ ਲੈ ਕੇ ਆਏ ਸਨ ਜੀ। ਅੱਛਾ, ਅੱਗੋਂ ਫਿਰ ਇਹ ਕਿਹੜਾ ਕੀ ਇੱਥੇ ਮੰਦ ਰਹਿੰਦਾ ਜੀ ਚੀਚਾ ਪਤਨੀ ਵਾਲਾ ਬਾਬਾ ਮੰਦ, ਬਾਬਾ ਮੰਦ, ਉਹਨਾਂ ਦੇ ਵਿੱਚ ਮਿਕਸ ਕਰਕੇ ਜੀ ਕਬੂਤਰ ਉੱਡਦੇ ਰਹੇ ਨੇ ਤੇ ਸਾਡੇ ਕੋਲ ਜਿਹੜਾ ਵੀ ਆਉਂਦਾ ਸੀ ਨਾ ਤੇ ਸਾਡੇ ਕੋਲ ਕਬੂਤਰਾਂ ਦਾ ਚਾਹੁੰਦਾ ਸੀ ਵੀ ਬੜੇ ਤਗੜੇ, ਇਹਨਾਂ ਕੋਲ ਹੀ ਬੜੇ ਤਗੜੇ ਨੇ। ਅੱਛਾ, ਜਿਹੜਾ ਬਾਬਾ ਉਦੋਂ ਲੈ ਕੇ ਆਇਆ ਕਬੂਤਰ, ਬਾਬਾ ਬਾਜ਼ੀਆਂ ਵੀ ਛੱਡਦਾ ਸੀ? ਛੱਡਦੇ ਸੀ ਜੀ। ਕਿੰਨਾ ਮੁੱਢ ਹੁੰਦਾ ਸੀ ਉਦੋਂ ਜਦੋਂ ਬਾਬਾ ਬਾਜ਼ੀਆਂ ਛੱਡਦਾ? ਉਦੋਂ ਬਸ 500,000, 10,000, 5,000 ਕਿਸੇ ਮੁੱਢ ਦਾ ਐਡਾ ਕਣਾ ਨਹੀਂ ਹੁੰਦਾ ਸੀ। ਹੁਣ ਤਾਂ 2-2 ਲੱਖ ਤੇ ਬਾਜ਼ੀ ਪਹੁੰਚ ਜਾਂਦੀ ਹੈ ਜੀ। ਅੱਛਾ, ਉਦੋਂ ਪਹਿਲਾਂ ਇਸੇ ਤਰ੍ਹਾਂ ਦੀਆਂ ਬਾਜ਼ੀਆਂ ਸਨ ਤੇ ਰਲ ਕੇ ਛੱਡਦੇ ਸੀ। ਅੱਛਾ, ਸਾਡਾ ਚਾਚਾ ਸੀ ਇੱਕ ਗੁਲਜ਼ਾਰ ਤੇ ਇੱਕ ਮੇਰਾ ਅੱਬਾ, ਇਹ ਦੋਵੇਂ ਹੀ ਬਸ ਇਹਨਾਂ ਦੀ ਸਿਰਫ ਇੱਕੋ ਗੱਲ ਹੀ ਸੀ ਜੀ ਜੋ ਵੀ ਹੁੰਦੀ ਸੀ। ਅੱਛਾ, ਇਹ ਜਾ ਕੇ ਛੱਡਦੇ ਸੀ ਕਬੂਤਰ? ਸਿੱਧੇ ਲਿਜਾ ਕੇ ਛੱਡਦੇ ਸੀ ਕਿ ਅੱਡੇ ਲਾ ਛੱਡਦੇ? ਸਿੱਧੇ ਵੀ ਛੱਡਦੇ ਸੀ ਤੇ ਫਿਰ ਵੀ ਅੱਲਾ ਦੇ ਹੁਕਮ ਨਾਲ ਅਸੀਂ ਕਬੂਤਰ ਜਿੱਤਦੇ ਸੀ। ਅੱਛਾ, ਜਿੱਥੇ ਵੀ ਛੱਡੇ ਨੇ। ਉਦੋਂ ਬਾਅਦ ਸਾਡੇ ਅੱਬੇ ਹੋਰੀ ਫੌਤ ਹੋ ਗਏ। ਅੱਛਾ, ਤੇ ਮੇਰੇ ਕੋਲ ਆ ਗਜ਼ਨਫਰ, ਰਾਣਾ ਗਜ਼ਨਫਰ ਆਇਆ ਹੀ। ਅੱਛਾ, ਤੇ ਉਹ ਚੀਨਾ ਕਬੂਤਰ ਮੇਰੇ ਕੋਲ ਇੱਥੇ 65 ਕਬੂਤਰ ਉੱਡੇ ਸਨ, ਉਹਨਾਂ ਦੇ ਵਿੱਚ ਉਹ ਵਿਨਰ ਹੋਇਆ ਸੀ। ਅੱਛਾ, ਉਹਨਾਂ ਨੇ ਉਹ ਮੈਥੋਂ ਲੈ ਗਏ ਠੀਕ ਆ ਚੀਨਾ। ਉਹ ਤੋਂ ਬਾਅਦ ਮੈਂ ਬਿਮਾਰ ਹੋ ਗਿਆ। ਬਿਮਾਰ ਹੋਏ ਤੋਂ ਬਾਅਦ ਨਾ ਇਹ 3 ਕੁ ਸਾਲ ਫਿਰ ਮੇਰੇ ਕੋਲ ਆਏ ਜੀ ਤੇ ਮੈਨੂੰ ਪੁੱਛਣ ਆਏ ਵੀ ਤੂੰ ਕੀ ਹਾਲ ਹੈ ਤੇਰਾ, ਕਿਵੇਂ ਨਹੀਂ? ਮੈਨੂੰ ਕਹਿੰਦੇ ਵੀ ਇੱਕ ਕਬੂਤਰ ਮੈਨੂੰ ਹੋਰ ਦੇ। ਮੈਂ ਕੁੱਡਾ ਜਿਹਾ ਖੋਲ੍ਹਿਆ ਤੇ ਮੈਂ ਕਿਹਾ ਤੂੰ ਕਬੂਤਰ ਫਿਰ ਲੈ ਜਾਓ, ਚਿੱਟੀਆਂ ਅੱਖਾਂ ਵਾਲਾ। ਅੱਛਾ, ਉਹ ਚਿੱਟੀਆਂ ਅੱਖਾਂ ਵਾਲਾ ਕਬੂਤਰ ਮਸ਼ਹੂਰ ਹੋਇਆ ਜੀ ਸਾਡਾ ਉੱਥੇ ਵੀ। ਕਹਿੰਦਾ ਉਹ ਵੀ ਸੁਬਾਹ ਛੱਡਣੇ ਬੱਚੇ ਤੇ ਰਾਤ ਦਿਨ ਮੁੱਕ ਜਾਂਦਾ ਸੀ ਤੇ ਕਬੂਤਰ ਬੱਚੇ ਨਹੀਂ ਮੁੱਕਦੇ ਸੀ। ਜਿਹੜੇ ਇਹ ਚਿੱਟੀਆਂ ਅੱਖਾਂ ਵਾਲਾ ਕਬੂਤਰ ਤੇ ਚੀਨਾ ਕਬੂਤਰ ਸੀ? ਚੀਨਾ, ਇਹ ਕਿਹੜੇ ਕਬੂਤਰਾਂ ਦੀ ਨਸਲ ਚੋਂ ਸੀ? ਇਹ ਉਹਨਾਂ ਪਹਿਲਾਂ ਵੱਡਿਆ ਚੀਨਿਆਂ 'ਚੋਂ ਉਹਨਾਂ ਦੀ ਜੀ ਗੰਜੇ ਕਬੂਤਰਾਂ 'ਚੋਂ ਤੇ ਵੱਡੇ ਚਿੱਟਿਆਂ 'ਚੋਂ, ਬਾਬੇ ਵਾਲਿਆਂ 'ਚੋਂ, ਬਾਬੇ ਵਾਲਿਆਂ 'ਚੋਂ। ਅੱਛਾ, ਤੁਸੀਂ ਆਪ ਜਿਹੜੀ ਕਬੂਤਰਬਾਜ਼ੀ ਆ, ਹਾਂਜੀ, ਉਹ ਕਿੱਥੇ ਕਿੱਥੇ ਬਾਜ਼ੀਆਂ ਛੱਡੀਆਂ ਤੇ ਕੀ ਰਿਜ਼ਲਟ? ਮੈਂ 15 'ਚ 17 'ਚ 18 'ਚ ਜਿੰਨੇ ਵੀ ਮੈਂ ਜਿੱਥੇ ਵੀ ਛੱਡਦਾ ਸੀ ਨਾ ਇਨਸ਼ਾਅੱਲਾ ਮੈਂ ਜੋਤ ਲੈਂਦਾ ਸੀ। ਹੁਣ ਕਬੂਤਰਬਾਜ਼ੀ ਮੈਂ ਹੋ ਗਿਆ ਬੁੱਢਾ ਤੇ ਕਬੂਤਰਬਾਜ਼ੀ ਕੋਈ ਥੋੜ੍ਹੀ ਜਿਹੀ ਨਰਮ, ਮੈਂ ਬਿਮਾਰ ਹੋ ਗਿਆ। ਅੱਛਾ, ਤੇ ਹੁਣ ਬੱਚੇ ਉਡਾਉਣ ਉਡੂਣ ਲੱਗ ਪਏ ਨੇ ਜੀ। ਅੱਛਾ, ਤੇ ਬਾਕੀ ਕਿਹੜੇ ਮੈਂ ਜਿੱਥੇ ਵੀ ਛੱਡਦਾ ਸੀ ਨਾ ਇੱਧਰ ਕਿੱਥੇ ਵੀ ਛੱਡਣਾ, ਆ ਬੰਦੇ ਕੋਲ ਹੁੰਦੇ ਸੀ, ਮੈਂ ਇਨਸ਼ਾਅੱਲਾ ਮੇਰੇ ਕਬੂਤਰ ਵਿਨਰ ਹੀ ਆ। ਸਿੱਧਾ ਹੀ ਛੱਡਦੇ ਸੀ? ਸਿੱਧਾ ਛੱਡ ਦਿੰਦੇ ਨੇ। ਅੱਛਾ, ਤੇ ਅੱਲਾ ਦੇ ਹੁਕਮ ਨਾਲ ਉਹੀ ਨਸਲ ਸਾਡੇ ਕੋਲੇ ਪਈ ਏ। ਹਾਂਜੀ, ਹੋਰ ਕੋਈ ਕਬੂਤਰ ਅਸੀਂ ਕਿਸੇ ਨੂੰ ਨਾ ਲੈਂਦੇ, ਭਾਵੇਂ ਕਿਸੇ ਦਾ ਉੱਡ ਕੇ ਆ ਵੀ ਜਾਵੇ ਨਾ, ਅਸੀਂ ਫਿਰ ਵੀ ਨਹੀਂ ਰੱਖਣਾ ਕਬੂਤਰ। ਅਸੀਂ ਇੱਕੋ ਨਸਲ ਦੇ ਨੇ ਮੇਰੇ ਕੋਲੇ, 30-35 ਕਬੂਤਰ ਪਏ ਨੇ ਜੋ ਕਿ ਵੱਧ ਤੋਂ ਵੱਧ ਨੇ ਕਬੂਤਰ। ਹਾਂਜੀ, ਤੇ ਹੁਣ ਇਨਸ਼ਾਅੱਲਾ ਅੱਲਾ ਖੈਰ ਰੱਖੇ, ਮੈਂ ਤਾਂ ਮਸੇ ਬਚਿਆ ਤੇ ਅੱਲਾ ਕਰਿਆ ਬੱਚੇ ਅੱਲਾ ਇਹਨਾਂ ਦੀ ਜ਼ਿੰਦਗੀ ਰੱਖੇ, ਆਪੇ ਉਡਾਉਂਦੇ ਰਹਿਣ ਦੇ ਵੀ ਕਰਦੇ ਰਹਿਣ। ਅੱਛਾ, ਤੇ ਜਿਹੜੀ ਕਬੂਤਰਬਾਜ਼ੀ ਤੁਸੀਂ ਕਿੰਨਾ ਟਾਈਮ ਤਕਰੀਬਨ ਕੀਤੀ ਹੈ? ਮੈਨੂੰ ਤਾਂ ਜੀ ਹੋ ਗਿਆ 20-25 ਸਾਲ। ਤੁਹਾਡਾ ਉਸਤਾਦ ਕਿਹੜਾ ਕਬੂਤਰਬਾਜ਼ੀ ਵਿੱਚ? ਪੀਰ ਸਾਡਾ ਉਸਤਾਦ ਗੁਲਜ਼ਾਰ ਸੀ। ਗੁਲਜ਼ਾਰ ਸੀ? ਹਾਂਜੀ, ਬਾਬਾ ਗੁਲਜ਼ਾਰ। ਬਾਬਾ ਗੁਲਜ਼ਾਰ ਜਿਹੜਾ ਬਾਬਾ ਗੁਲਜ਼ਾਰ ਸੀਗਾ, ਹਾਂਜੀ, ਉਹ ਕਦੋਂ ਕਿਵੇਂ ਦਿੰਦਾ ਸੀ ਕਬੂਤਰਾਂ ਨੂੰ ਤਿਆਰੀ? ਉਦੋਂ ਉਹ ਤਿਆਰੀ ਦਿੰਦਾ ਸੀ, ਅਸੀਂ ਰਾਤ ਨੂੰ ਕਾਲਾ ਕੂੜਾ ਬਣਾ ਲੈਂਦਾ ਸੀ। ਅੱਛਾ, ਤੇ ਰਾਤ ਨੂੰ ਤਿਆਰੀ ਤੁਰੀ ਰਾਤ ਦੇ ਦੇਣਾ ਅੰਦਰ ਕਬੂਤਰ ਨੂੰ ਚੱਟ, 10 ਮਿੰਟ ਪਾ 2-3 ਘੰਟੇ ਤੇ ਉਹਨੂੰ ਤਿਆਰੀ ਦੇ ਕੇ। ਬਦਾਮ ਬਦੂਮ ਵੀ ਪਾਉਂਦੇ ਸੀ ਉਦੋਂ? ਬਦਾਮ ਪਾਉਂਦੇ ਸੀ ਜੀ, ਬਦਾਮ ਬੜੇ। ਅੱਛਾ, ਬਦਾਮਾਂ ਤੋਂ ਬਗੈਰ ਉੱਡਦੇ ਵੀ ਨਹੀਂ? ਤੇ ਗੋਲੀ ਛੋਲੀ ਵੀ ਲਾਉਂਦੇ ਸੀ ਉਦੋਂ? ਗੋਲੀ ਨਹੀਂ ਲਾਉਂਦੇ ਸੀ ਉਦੋਂ, ਸਿੱਧੇ ਉਡਾਉਂਦੇ ਸੀ ਅਸੀਂ। ਅੱਛਾ,
ਕੋਈ ਹੋਰ ਕਬੂਤਰ ਬਾਦੀ ਹੈ ਜਿਹੜੀ ਮਸਲ ਕਿਉਂਕਿ ਤੁਸੀਂ ਅੱਗੇ ਥੋੜੀ ਤਬੀਅਤ ਵੀ ਥੋੜੀ ਜਿਹੀ ਖਰਾਬ ਆ ਸੀ ਕਹਿੰਦੇ ਸੀ ਜ਼ਿਆਦਾ ਲੰਬਾ ਨਾ ਇੰਟਰਵਿਊ ਹੋਵੇ ਬਾਬਾ ਜੀ ਦਾ ਹਾਂਜੀ ਅਸੀਂ ਆ ਹੁਣ ਅਗਲੇ ਦਿਨ ਇੱਥੇ ਗਏ ਬੱਚਾ ਮੇਰਾ ਕਰਦਾ ਸੀ ਮੇਰੇ ਕੋਲ ਇੱਥੇ ਸਾਹੀਵਾਲ ਅੱਛਾ ਉਹਨਾਂ ਨੇ ਇੱਥੇ ਯੂਸਫ ਵਾਲੇ ਜੀ ਜਾ ਤੇ ਛੱਡਿਆ ਮੁਹੰਮਦ ਜ਼ਬਾਨ ਨੇ ਛੱਡਿਆ ਸੀ ਜੀ ਉਹ ਮੇਰੇ ਕੋਲ ਬੱਚਾ ਲੈ ਗਏ ਨੇ ਉਹ 8ਵੇਂ ਦਿਨ ਵਿਨਰ ਹੋਇਆ 40 ਕਬੂਤਰ ਉੱਡੇ ਸੀ 40ਾਂ ਤੋਂ ਹੀ ਵਿਨਰ ਹੋਇਆ ਕਿੰਨਾ ਕਿੱਦਾਂ ਦਾ ਸੀ ਬੱਚਾ ਬੱਚਾ ਚਿੱਟਾ ਸਫੈਦ ਸੀ ਚਿੱਟਾ ਸਫੈਦ ਸੀ ਹਾਂਜੀ ਅੱਛਾ अगली कबूतरबाजी चंगी लगती सी हुण तां लंडी बुची उड़ाई फिर गोलियां ते ते किहड़े असल कबूतर ने उह चंगे असीं गोली तों बगैर गोली नाल नहीं उड़ांदे सी बगैर गोली तों उड़ांदे सी अच्छा चंगे कबूतर की बाबा कोई निशानी है चंगे कबूतर साडा खुड्डा भरिया जी सब तू चंगे कबूतर मेरे को ले हाँ एक कबूतर देख के पता लग जाता भी चंगा के माड़ा हाँ जी बिल्कुल लग की निशानी है कोई देखने वाले दसो नसल होंगी है जी आपो अपने देखने वाले का केड़ा मसला है जी मेरे तो सारे इलाके को पता है जी भी इन्हों को नसल हैगी जी पुरानी अच्छा वो भी मैं ना देता किसी को कबूतर किसी को बेली सज्जन ले जाना है तो उन्हें ले जाना है एवं असी नसल नहीं देंगे किसी ने अच्छा ਤੁਹਾਡੇ ਮਸ਼ਹੂਰ ਜਿਹੜੇ ਕਬੂਤਰ ਹੋਏ ਆ ਬਾਬੇ ਵਾਲੇ ਚਿੱਟੇ ਚਿੱਟੇ ਉਹਨਾਂ ਵਿੱਚੋਂ ਹੁਣ ਤੁਹਾਡੇ ਕੋਲ ਨਸਲ ਪਈ ਆ ਕੋਈ ਸਾਰੀ ਨਸਲ ਹੀ ਮੇਰੇ ਕੋਲ ਹੋ ਰਹੀ ਕੋਈ ਹੋਰ ਕਬੂਤਰ ਬਾਜ ਦੇ ਬਾਰੇ ਕੋਈ ਗੱਲ ਆਪਣੇ ਕਬੂਤਰ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਕੋਈ ਕਹਿਣੀ ਚਾਹੁੰਦੇ ਹੋ ਕੋਈ ਪੈਗਾਮ ਦੇਣਾ ਚਾਹੁੰਦੇ ਬਸ ਜੀ ਇਹ ਮੈਂ ਰਾਣਾ ਮੇਰੇ ਕੋਲ ਲੈ ਗਿਆ ਸੀ ਹੁਣ ਸਾਰੇ ਪਿੰਡ ਦੇ ਅਸੀਂ ਇਕੱਠੇ ਹੀ ਆ ਸਿਰਫ ਇੱਕ ਸਾਡਾ ਉਹ ਗੁਲਜ਼ਾਰ ਹੈ ਨਾ ਜਿਹੜਾ ਹਾਂਜੀ ਸਾਰਾ ਪਿੰਡ ਇੱਕ ਪਾਸੇ ਹੁੰਦਾ ਸੀ ਤੇ ਗੁਲਜ਼ਾਰ ਸਾਡਾ ਉਸਤਾਦ ਇੱਕ ਪਾਸੇ ਮੈਂ ਅਸੀਂ ਉਹਨਾਂ ਦੇ ਨਾਲ ਹੀ ਰਹਿੰਦੇ ਸਾਂ ਕਬੂਤਰ ਬਾਜੀ ਕਰਦੇ ਰਹੇ ਅੱਛਾ ਜੀ ਠੀਕ ਆ ਬਾਬਾ ਜੀ ਦੀ ਨਾ ਤਬੀਅਤ ਥੋੜ੍ਹੀ ਜਿਹੀ ਖਰਾਬ ਆ ਅਤੇ ਜਿਹੜਾ ਨਾ ਉਹ ਬਾਬਾ ਦਾ ਬੇਟਾ ਸ਼ੌਕ ਕਰਦਾ ਕੋਈ ਦੋ ਚਾਰ ਗੱਲਾਂ ਕਬੂਤਰ ਬਾਜ਼ ਦੀਆਂ ਉਹਦੇ ਨਾਲ ਸਾਂਝੀਆਂ ਕਰਦੇ ਹਾਂ ਅਤੇ ਬਾਅਦ 'ਚ ਤੁਹਾਨੂੰ ਬਾਬੇ ਦੇ ਕਬੂਤਰ ਦਾ ਸ਼ੌਕ ਬਣਨੇ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਨਾਮ ਕੀ ਹੈ ਜੀ ਆਪਣਾ ਮੁਹੰਮਦ ਇਜਾਜ਼ ਮੁਹੰਮਦ ਇਜਾਜ਼ ਬਾਈ ਤੁਸੀਂ ਬਾਬਾ ਜੀ ਜੀਜ਼ ਦੇ ਬੇਟੇ ਹੋ ਹਾਂਜੀ ਕਿੰਨਾ ਟਾਈਮ ਹੋ ਗਿਆ ਸ਼ੌਕ ਕਰਦੇ ਨੂੰ ਸ਼ੌਕ ਕਰਦੇ ਨੂੰ ਸਾਨੂੰ ਤਕਰੀਬਨ 4-5 ਸਾਲ ਹੋ ਗਏ ਨੇ ਅੱਗੇ ਤਾਂ ਪਹਿਲੇ ਅਸੀਂ ਮਦਰਸੇ ਪੜ੍ਹਦੇ ਸੀ ਅੱਛਾ ਉਸ ਤੋਂ ਬਾਅਦ ਫਿਰ ਅੱਬੂ ਬਿਮਾਰ ਹੋ ਗਿਆ ਹਾਂਜੀ ਅਸੀਂ ਫਿਰ ਉੱਥੋਂ ਮਦਰਸੇ ਛੱਡ ਕੇ ਫਿਰ ਆਪਣਾ ਕੰਮ ਕੁੰਮ ਸੰਭਾਲਿਆ ਅੱਛਾ ਤੇ ਉਸ ਤੋਂ ਬਾਅਦ ਸ਼ੌਕ ਵੀ ਵਿੱਚੋਂ ਪੈ ਗਿਆ ਕਬੂਤਰ ਕਿਉਂਕਿ ਕਬੂਤਰਬਾਜ਼ੀ ਜਿਹੜੀ ਤੁਹਾਡੇ ਜੀ ਦਾਦਿਓਂ ਪਰਦਾਦਿਓਂ ਚੱਲੀ ਆ ਰਹੀ ਹੈ ਹਾਂਜੀ ਚੱਲੀ ਆ ਰਹੀ ਕਿਵੇਂ ਪਿਆ ਸ਼ੌਕ ਦੇ ਕੇ ਕਬੂਤਰ ਘਰ ਤਾਂ ਮੌਜੂਦ ਸੀ ਬੰਦੇ ਨੂੰ ਹੁੰਦਾ ਨਾ ਵੀ ਆ ਸਾਡਾ ਕਬੂਤਰ ਜਿੱਦਾਂ ਵੀ ਬਸ ਇਹ ਵੀ ਕਬੂਤਰ ਚੰਗੇ ਸਨ ਤੇ ਅੱਬੂ ਉਡਾਉਂਦਾ ਸੀ ਅੱਛਾ ਤੇ ਅੱਬੂ ਪਹਿਲੇ ਕਿੱਧਰ ਵੀ ਛੱਡਦਾ ਸੀ ਨਾ ਯਾਨੀ ਕਿ ਸਾਦੇ ਛੱਡਦਾ ਸੀ ਬਗੈਰ ਗੋਲੀ ਤੋਂ ਹਾਂ ਦੇਸੀ ਗੋਲੀਆਂ ਹੁੰਦੀਆਂ ਸਨ ਉਸ ਟਾਈਮ ਹਾਂਜੀ ਤੇ ਉਸ ਟਾਈਮ ਉਡਾ ਲੈਂਦੇ ਸੀ ਕਬੂਤਰ ਉਸ ਟਾਈਮ ਹੁੰਦੇ ਵੀ ਚੰਗੇ ਕਬੂਤਰ ਇਸ ਟਾਈਮ ਵੀ ਚੰਗੇ ਨੇ ਤੇ ਬਾਕੀ ਇਹ ਵੀ ਹੁਣ ਸਿਰਫ ਨਾ ਅੰਗਰੇਜ਼ੀ ਗੋਲੀਆਂ ਚੱਲ ਪਈਆਂ ਨੇ ਤੇ ਪਤਾ ਨਹੀਂ ਚੱਲਦਾ ਤੇ ਅੱਬੂ ਉਹਨਾਂ ਤੇ ਉਡਾਉਂਦਾ ਨਹੀਂ ਦਾ ਅੱਬੂ ਸਾਦੇ ਜਾਜੇ ਵੀ ਇਸ ਟਾਈਮ ਕਬੂਤਰ ਛੱਡੇ ਨਾ ਦੜੇ ਦੇ ਵਿੱਚ ਤਾਂ ਸਾਦੇ ਹੀ ਛੱਡਦਾ ਗੋਲੀ ਗੋਲੀ ਅਸੀਂ ਕਦੇ ਵੀ ਨਹੀਂ ਦਿੱਤੀ ਕਬੂਤਰਾਂ ਨੂੰ ਹਾਂਜੀ ਤੇ ਬਾਕੀ ਫਿਰ ਆਰਜ਼ੂਤ ਬਣੀ ਹੋਈ ਏ ਤੇ ਇਨਸ਼ਾਅੱਲਾ ਇਸ ਤੋਂ ਬਾਅਦ ਬੁੜੇ ਦੀ ਅੱਲਾ ਜ਼ਿੰਦਗੀ ਰੱਖੇ ਹਾਂਜੀ ਤੇ ਅੱਲਾ ਖੈਰ ਕਰੇ ਸੀ ਹੁਣ ਤੁਸੀਂ ਕੋਈ ਬਾਜ਼ੀ ਬੁਜ਼ੀਆਂ ਹੁਣ ਛੱਡਣੀਆਂ ਸ਼ੁਰੂ ਕੀਤੀਆਂ ਨੇ ਹਲੇ ਕਿ ਨਹੀਂ ਕਿ ਹਲੇ ਬਸ ਅਸੀਂ ਸ਼ੌਕ ਨਾ ਅਜੇ ਪਹਿਲੀ ਦਫਾ ਛੱਡਿਆ ਜਿੱਥੇ ਸਾਹੀਵਾਲ ਯੂਸਫ ਅੱਡੇ ਤੇ ਹਾਂਜੀ ਬਾਈ ਜ਼ਮਾਨ ਹੈ ਮੇਰਾ ਮੁਹੰਮਦ ਉਹਨੇ ਯਾਨੀ ਕਿ ਦੋਸਤ ਬਣਿਆ ਅੱਛਾ ਤੇ ਉਸ ਤੋਂ ਬਾਅਦ ਉਹਦੇ ਨਾਲ ਮੂੰਹ ਪਿਆਰ ਹੋਇਆ ਇਸ ਦਫਾ ਨੂੰ ਉਹਦੀ ਜਗ੍ਹਾ ਤੇ ਅਸੀਂ ਜਾ ਕੇ 14 ਅਗਸਤ ਵਾਲੇ ਦਿਨ ਨਾ ਦੜੇ ਦੇ ਵਿੱਚ ਬੱਚੇ ਉੱਡੇ ਸੀ 40 ਅੱਛਾ ਤੇ ਉਹਦੀ ਜਗ੍ਹਾ ਤੇ ਅਸੀਂ ਜਾ ਕੇ ਛੱਡਿਆ ਬੱਚਾ ਤੇ ਬੱਚਾ ਸਾਡਾ 8ਵੇਂ ਦਿਨ ਵਿਨਰ ਹੋਇਆ ਖਟੀਆਂ ਅੱਖਾਂ ਦਾ ਬੱਚਾ ਸੀ ਚਿੱਟਾ ਸਫੈਦ ਹਾਂ ਜ਼ਰਦਾ ਰੰਗ ਪੂਛ ਸੀ ਹਾਂਜੀ ਤੇ ਇਸ ਦਫਾ ਵੀ ਇਨਸ਼ਾਅੱਲਾ ਜ਼ਿੰਦਗੀ ਰਹੀ ਨਾ ਤੇ ਬਾਈ ਜ਼ਮਾਨ ਨਾਲ ਅਸੀਂ ਸ਼ੌਕ ਕਰਾਂਗੇ ਜਾ ਕੇ ਉੱਥੇ ਤੁਸੀਂ ਕਬੂਤਰਬਾਜ਼ੀ ਦੇ ਵਿੱਚ ਕਿਸੇ ਨੂੰ ਮਸਲ ਤੁਸੀਂ ਕਹਿੰਦੇ ਬਜ਼ੁਰਗ ਤਾਂ ਹੁਣ ਜ਼ਹਰਾ ਕਬੂਤਰਬਾਜ਼ੀ ਨਹੀਂ ਕਰਦੇ ਸਾਦੀ ਕਬੂਤਰਬਾਜ਼ੀ ਨਹੀਂ ਹੁਣ ਚੱਲਦੀ ਹਾਂਜੀ ਤੁਸੀਂ ਕਿਸੇ ਨੂੰ ਉਸਤਾਦ ਫੜਿਆ ਵੀ ਹੁਣ ਜਿਹੜਾ ਨਵਾਂ ਦੌਰ ਆ ਉਹਦੇ ਮੁਤਾਬਕ ਅਸੀਂ ਕਬੂਤਰਬਾਜ਼ੀ ਕਰੀਏ ਫਿਲਹਾਲ ਤਾਂ ਅਸੀਂ ਉਸਤਾਦ ਅਜੇ ਕੋਈ ਵੀ ਨਹੀਂ ਫੜਿਆ ਕੋਈ ਨਹੀਂ ਫੜਿਆ ਤੇ ਅੱਬੂ ਹੀ ਉਸਤਾਦ ਹੈ ਸਾਡਾ ਹਾਂਜੀ ਤੇ ਬਾਕੀ ਇਨਸ਼ਾਅੱਲਾ ਇਹਨਾਂ ਤੋਂ ਹੀ ਹੋਣੇ ਨਾ ਤਾਂ ਤੋੜਦੇ ਕੋਈ ਨਹੀਂ ਕਿਉਂਕਿ ਬਿਮਾਰ ਨੇ ਤੇ ਬਜ਼ੁਰਗ ਹੋ ਗਏ ਨੇ ਹਾਂਜੀ ਤੇ ਬਾਕੀ ਹੌਲੀ ਹੌਲੀ ਫਿਰ ਯਾਨੀ ਕਿ ਨਾ ਕਿਸ ਤਰ੍ਹਾਂ ਟਾਈਮ ਅੱਗੇ ਗੁਜ਼ਰਦਾ ਗਿਆ ਉਸੇ ਤਰ੍ਹਾਂ ਅਸੀਂ ਇਨਸ਼ਾਅੱਲਾ ਗਾ ਕਬੂਤਰਬਾਜ਼ੀ ਕੋਈ ਹੋਰ ਕਬੂਤਰਬਾਜ਼ੀ ਦੇ ਬਾਰੇ ਤੁਸੀਂ ਆਪਣੀ ਕੋਈ ਦਿਲ ਦੀ ਗੱਲ ਸਾਂਝੀ ਦੇਖਣ ਵਾਲੇ ਕਬੂਤਰਾਂ ਦਾ ਬਾਜ਼ਾਰ ਨਾ ਕਰਨੀ ਚਾਹੁੰਦੇ ਹੋ ਵੀ ਕਬੂਤਰਬਾਜ਼ੀ ਹੈ ਜਿਹੜੀ ਉਹ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਬਸ ਕਬੂਤਰਬਾਜ਼ੀ ਦਾ ਅਰਸ਼ਾਦ ਨਾਲ ਹੀ ਰਹਿੰਦੀ ਹੈ ਜੀ ਅਸੀਂ ਸਾਡੇ ਪਹਿਲੋਂ ਲਾਜ ਅਸੀਂ ਘਰ ਤੇ ਇੱਕੋ ਘਰ ਹੈ ਸਾਡਾ ਹਾਂਜੀ ਇਹ ਅਰਸ਼ਾਦ ਨਾਲ ਹੀ ਹੁਣ ਗਾ ਸਾਰੀ ਗੱਲਬਾਤ ਹੋਰ ਕਿਸੇ ਨਾਲ ਵੀ ਨਹੀਂ ਪਿੰਡ ਦੇ ਵਿੱਚ ਜ਼ਿਆਦਾ ਹਾਂ ਪਿੰਡ ਦੇ ਵਿੱਚ ਕਬੂਤਰ ਵੈਸੇ ਵੀ ਛੱਡੀ ਦੇ ਨੇ ਬਾਕੀ ਇਹ ਵੀ ਕਬੂਤਰ ਵੀ ਮਾਸ਼ਾਅੱਲਾ ਠੀਕ ਨੇ ਤੇ ਬਾਕੀ ਅੱਜ ਤੱਕ ਕਿਸੇ ਨੇ ਸਾਨੂੰ ਮਸ਼ਹੂਰ ਕਬੂਤਰ ਜਿਹੜਾ ਤੁਹਾਨੂੰ ਹੋਈ ਆ ਮੇਰਾ ਕਬੂਤਰ ਕਬੂਤਰਾਂ 'ਚ ਜਾ ਕੇ ਬਾਜ਼ੀ ਛੱਡੀ ਵੀ ਆ ਮੇਰੇ ਕਬੂਤਰ ਨੇ ਬੜਾ 12 ਬਾਜ਼ੀਆਂ ਛੁੱਟਿਆ ਚੀਨਾ ਕਬੂਤਰ ਮੇਰਾ ਮਸ਼ਹੂਰ ਹੋਇਆ 12 ਦੀਆਂ 12 ਹੀ ਬਾਜ਼ੀਆਂ ਵਧੀਆ ਹੈ ਸਿੱਖ ਕਬੂਤਰ ਸੀ ਅੱਛਾ ਉਹ ਸੱਚ ਨਹੀਂ ਯਾਰ ਉਹ ਨਾਮ ਸੱਚ ਆ ਗਿਆ ਸਿੱਖ ਕਬੂਤਰ ਦੀ ਥੋੜੀ ਸਿੱਖ ਦਾ ਪੱਠਾ ਸੀ ਉਹ ਰਿਹਾ ਉਹ ਨਾ ਜਰਾ ਉਹਦੀ ਥੋੜੀ ਸੱਚ ਗੱਲ ਅਸੀਂ ਵੀ ਸੁਣੀ ਆ ਉਹ ਸਿੱਖ ਕਬੂਤਰ ਆ ਜਿਹੜਾ ਜੀ ਹਾਂਜੀ ਉਹ ਕਿਹੜੇ ਆਣਾ ਦਾ ਕਬੂਤਰ ਸੀ ਤੇ ਕਿਹੜੇ ਕਬੂਤਰ ਸੀ ਉਹ ਸਾਡੇ ਆਪਣੇ ਆ ਚੀਨਿਆਂ 'ਚ ਕਬੂਤਰ ਸੀ ਕਿਹੜਾ ਗਜ਼ਨਫਰ ਲੈ ਗਿਆ ਸੀ ਅੱਛਾ ਇਹਨਾਂ 'ਚ ਸੀ ਉਹ ਸਿੱਖ ਦਾ ਪੱਠਾ ਸੀ ਅੱਛਾ ਤੇ ਅਸੀਂ ਉੱਥੇ 12 ਬਾਜ਼ੀਆਂ ਛੱਡਿਆ ਵਿਨਰ 12 ਦੀਆਂ 12 ਹੀ ਵਿਨਰ ਹੋਇਆ ਅੱਛਾ ਕਹਿ ਰਹੀਆਂ ਬਾਜ਼ੀਆਂ ਕਹਿ ਰਹੀਆਂ
ਉਹਦਾ ਨਾਮ ਸਿੱਖ ਕਿਵੇਂ ਤੁਸੀਂ ਰੱਖਤਾ? ਉਹ ਕਬੂਤਰ ਉਹਦਾ ਪਿਓ ਬੜਾ ਤਕੜਾ ਸੀ, ਉਹ ਬਹਿੰਦਾ ਹੀ ਨਹੀਂ ਸੀ, ਅਸਲੋ ਹੀ ਨਹੀਂ ਬਹਿੰਦਾ ਸੀ। ਉਸ ਤੋਂ ਬਾਅਦ ਉਹਨੇ ਪੱਠਾ ਕੱਢਿਆ ਚੀਨਾ, ਚੀਨਾ ਅਸੀਂ ਆਇਆ ਚੌਥੀ ਚੱਕ 'ਤੇ ਛੱਡਦੇ ਰਹੇ ਹਾਂ। ਅੱਛਾ। ਅਤੇ 11 ਕੇ 12 ਬਾਜੀਆਂ ਉੱਡਿਆ, 11 12 ਬਾਜੀਆਂ ਹੀ ਉਹ ਵਿਨਰ ਹੋਇਆ ਜੀ। ਉੱਥੋਂ ਮਸ਼ਹੂਰ ਹੋਏ, ਸਾਡੇ ਕਬੂਤਰ ਪਹਿਲਾਂ ਵੀ ਬੜੇ ਤਕੜੇ ਸੀ। ਅੱਛਾ। ਹਾਂਜੀ, ਉਹ ਕਬੂਤਰ ਹੈਗਾ ਹੁਣ ਸਿੱਖ ਤੁਹਾਡੇ ਕੋਲ? ਉਹਦੇ ਪੱਠੇ ਬੱਚੇ ਹੈਗੇ ਨੇ ਜੀ। ਚਲੋ ਇੰਟਰਵਿਊ ਇੱਥੇ ਖਤਮ ਕਰਦੇ ਹਾਂ, ਕਿਉਂਕਿ ਬਾਬਾ ਜੀ ਤਬੀਅਤ ਵੀ ਖਰਾਬ ਆ ਜੀ, ਮੁੰਡਾ ਵੀ ਥੋੜ੍ਹਾ ਜਿਹਾ ਨਵਾਂ ਹੀ ਆ। ਤੁਹਾਨੂੰ ਕਬੂਤਰਾਂ ਦਾ ਬਾਬੇ ਦਿਆਂ ਦਾ ਸ਼ੌਕ ਕਰਵਾਉਂਦੇ ਹਾਂ, ਪੁਰਾਣੀ ਨਸਲ ਆ ਜਿਹੜੀ ਆਪਣੀ ਵੰਡ ਟਾਈਮ ਦੀ, ਜਿਹੜੀ ਉਹ ਬਾਬੇ ਦੇ ਕਬੂਤਰਾਂ ਦੇ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਸ਼ੌਕ? ਦੇਖ ਲਓ ਕਬੂਤਰਾਂ ਦਾ ਸ਼ੌਕ ਕਿਹੜਾ ਵੀ, ਉੱਥੇ ਆ ਲਾ ਕੇ ਅਤੇ ਦੇਖ ਲਓ ਲਿਓ ਕਬੂਤਰ, ਇੱਥੇ ਲਿਓ ਚਾਨਣ। ਕਬੂਤਰਾਂ ਦੇ ਬਾਰੇ ਥੋੜ੍ਹਾ, ਯਾਨੀ ਕਿ ਨਾ ਕਬੂਤਰ ਅੱਬੂ ਨੂੰ ਜ਼ਿਆਦਾ ਪਤਾ ਵੀ ਕਿਹੜੇ ਕਿਹੜੇ, ਬਾਕੀ ਮੈਂ ਦੱਸ ਦੇਣਾ ਕਿਹੜੇ ਮਾੜੇ ਮੋਟੇ। ਹਾਂ, ਕਿਹੜਾ ਕਬੂਤਰ ਆ ਤੁਹਾਡਾ? ਉਹ ਚੀਨੇ 'ਚੋਂ ਦੱਸੀ ਜਾਣਗੇ ਬਿਠਾ ਲੈਣੇ ਸੀ ਤੁਸੀਂ ਯਾਰ। ਬੇਹਤਰੀਨ ਕਬੂਤਰ ਜਦੋਂ ਆਪਣੀ ਇੰਡੀਆ ਤੇ ਪਾਕਿਸਤਾਨ ਦੀ ਵੰਡ ਪਈ ਆ ਉਦੋਂ ਦੇ ਕਬੂਤਰ ਨੇ। ਜਿਹੜੇ ਇੰਡੀਆ ਚੋ ਆਏ, ਜਿਹੜੇ ਇੰਡੀਆ ਚੋ ਆਏ ਨੇ, ਆ ਇੰਡੀਆ ਚੋਂ ਆਏ ਨੇ, ਇਹ ਉਹ ਕਬੂਤਰ ਹੈ ਜੀ ਜਿਹੜੇ ਚਿੱਟੇ ਸ਼ਾਖ। ਹਾਂਜੀ, ਚਿੱਟੇ ਸ਼ਾਖ ਬਾਬੇ ਵਾਲੇ ਕਬੂਤਰ, ਬਾਬੇ ਗੰਨੀ ਵਾਲੇ, ਇਹ ਸਾਡੇ ਬਾਬੇ ਗੰਨੀ ਵਾਲੇ ਨੇ ਜੀ। ਹਾਂ ਬਾਬਾ, ਕਿਹੜੇ ਇਹ ਜੀ? ਆ ਇਹਨਾਂ ਚੋਂ, ਇਹ ਵੀ ਚਿੱਟਾ ਚੋ ਹੈ ਜੀ, ਚਿੱਟਾ ਕਬੂਤਰਾਂ ਦੀ ਇਹ ਕੱਢੀ ਹੈ, ਜੌਂਸਰੀ ਪੱਠੀ ਹੈ। ਅੱਛਾ। ਹਾਂ, ਆ ਪਿਛਲੇ ਸਾਲ ਉਡਾਉਂਦਾ ਰਿਹਾ ਮੈਂ, ਕਬੂਤਰੀ ਬਹਿੰਦੀ ਨਹੀਂ ਸੀ, ਰਾਤ ਦੋ ਵਾਰੀ ਰੋਲ ਗਈ, ਮੈਂ ਇਹਨੂੰ ਬੰਦ ਜਾ ਕੀਤਾ। ਇਹ ਵੀ ਚਿੱਟਿਆਂ ਚੋ, ਕਿਉਂਕਿ 27 ਜਿਹੜੀ ਆ ਜੀ, ਉਹ ਆਪਣੇ ਵੰਡ ਟਾਈਮ ਬੰਦੇ ਸਾਰੇ ਤਕਰੀਬਨ ਜਿਹੜੇ ਵੀ ਸੀਗੇ ਕਬੂਤਰ ਉਦੋਂ ਹੀ ਲੈ ਕੇ ਆਏ ਸੀ ਚੜ੍ਹਦੇ ਪੰਜਾਬ 'ਚ। ਹਾਂਜੀ। ਇਹ ਬਾਬਾ ਤੁਹਾਨੂੰ ਪਤਾ ਕੋਈ ਥੋੜ੍ਹਾ ਇੰਡੀਆ ਵਿੱਚ ਕਿਹੜਾ ਪਿੰਡ ਸੀ? ਨਹੀਂ ਜੀ, ਨਹੀਂ ਸਾਨੂੰ ਇਹ ਉਹਨੂੰ ਪਤਾ, ਪਾਕਾਂ 'ਚ ਪਿੱਛੇ ਰਹਿੰਦੇ ਸੀ ਜੀ। ਅੱਛਾ ਅੱਛਾ, ਸਾਡੇ ਅੱਬੇ ਹੋਰਾਂ ਨੂੰ ਪਤਾ। ਗਜ਼ਨਫਰ ਲਾਇਆ ਗਿਆ ਸੀ ਚੀਨਾ ਕਬੂਤਰ, ਇਹ ਉਹਦੀ ਪੱਠੀ ਹੈ ਜੀ। ਅੱਛਾ ਅੱਛਾ, ਇੰਟਰਵਿਊ ਦੇ ਵਿੱਚ ਵੀ ਆਇਆ ਸੀ ਚੀਨਾ ਕਬੂਤਰ, ਉਹਦੀ ਪੱਠੀ। ਕਿਹੜਾ ਇੰਟਰਵਿਊ 'ਚ ਆਇਆ ਸੀ ਨਾ ਜੀ? ਹਾਂਜੀ ਹਾਂਜੀ, ਇਹ ਉਹਦੀ ਪੱਠੀ ਹੈ ਚੀਨੇ ਦੀ। ਠੀਕ ਹੈ। ਆਏ ਰਾਣੇ ਗਜ਼ਨਫਰ ਕੋਲੋਂ ਆਈ, ਇਹ ਲੈ ਗਿਆ ਸੀ ਇਹਦਾ ਪਿਓ, ਅਤੇ ਉਹਦੀ ਪੱਠੀ ਹੈ ਜੀ। ਅੱਛਾ, ਤੁਸੀਂ ਘਰ ਕਢਾਈਏ ਕਿ ਉਦੋਂ ਲੈ ਗਏ? ਘਰ ਕਢਾਈਏ ਜੀ। ਇਹ ਵੀ ਚੀਨੇ ਦੀ ਹੈ ਜੀ। ਇਹ ਵੀ ਚੀਨੇ ਦੀ ਹੈ? ਚੀਨੇ ਦੇ ਪੱਠਾ ਹੈ, ਇਹ ਚੀਨੇ ਦਾ ਪੱਠਾ ਹੈ ਜੀ।
ਇਹ ਕਿਹੜਾ ਯੂਸਫ ਵਾਲਿਆ ਜੀ ਵਿਨਰ ਹੋਇਆ ਨਾ ਬੱਚਾ ਇਹ ਉਹਦਾ ਭਾਈ ਹੈ ਜੀ ਅੱਛਾ ਜਿਹੜਾ ਤੁਸੀਂ ਦੱਸਦੇ ਪਏ ਸੀ ਅੱਗੇ ਹਾਂਜੀ ਯੂਸਫ ਵਾਲੇ ਛੱਡਿਆ ਸਾਹਿਬਾਨ ਅਤੇ ਉਹਦਾ ਭਾਈ ਜ਼ਮਾਨ ਮੰਮਨ ਜ਼ਮਾਨ ਮੰਮਨ ਜ਼ਮਾਨ ਉਹ ਕਬੂਤਰ ਦਿੱਤਾ ਹੋਇਆ ਕਿ ਦੱਸਿਆ ਸੀ ਮੈਂ ਇਹ ਵੱਡੇ ਚਿੱਟਿਆਂ 'ਚੋਂ ਚਿੱਟਿਆਂ 'ਚੋਂ ਹੈ ਜੀ ਅੱਛਾ ਅੱਛਾ ਪੁਰਾਣੇ ਜਿਹੜੇ ਤੁਹਾਡੇ ਹਾਂਜੀ ਪਹਿਲਾਂ ਪਹਿਲੇ ਪੁਰਾਣਿਆਂ 'ਚੋਂ ਇਹਦੇ ਨਾਲ ਦਾ ਵਿਨਰ ਹੋਇਆ ਸਾਹਿਬਾਨ ਇਹਦਾ ਭਾਈ ਮੰਮਨ ਜ਼ਮਾਨ ਨਹੀਂ ਆ ਮੰਮਨ ਜ਼ਮਾਨ ਇਹ ਉਹਦੇ ਛੱਡਿਆ ਸੀ ਜੀ ਉੱਥੇ ਯੂਸਫ ਵਾਲੇ ਉੱਥੋਂ 40 ਕਬੂਤਰ ਉੱਡੇ ਸੀ ਉਹਨਾਂ 'ਚੋਂ ਇਹ ਵਿਨਰ ਹੋਇਆ ਸੀ ਠੀਕ ਠੀਕ ਇਹਦਾ ਭਾਈ ਇਹ ਉਹਦਾ ਭਰਾ ਹੈ ਇਹ ਮੇਰੇ ਕੋਲ ਸ਼ਾਖ ਹੀ ਕਬੂਤਰੀ ਇਹ ਵੀ ਸ਼ਾਖ ਹੈ ਜੀ ਅੱਛਾ ਅੱਛਾ ਆ ਚੀਨੇ ਦੀ ਭੈਣ ਹੈ ਜੀ ਕਿਹੜੇ ਚੀਨਾ ਬਾਰਾ ਬਾਦੀਆਂ ਨਹੀਂ ਉੱਡਿਆ ਚੌਕੀ ਚੱਕ ਚ ਸਿੱਖ ਦੀ ਪੱਠੀ ਅੱਛਾ ਸਿੱਖ ਦੀ ਪੱਠੀ ਹੈ ਹਾਂਜੀ ਸਿੱਖ ਦੀ ਪੱਠੀ ਇੱਥੇ ਬਾਰਾ ਬਾਦੀਆਂ ਉੱਡਿਆ ਇਹਦੇ ਵਿੱਚ ਚੌਕੀ ਚੱਕ ਚ ਅੱਛਾ ਆਪ ਕਿੱਥੇ ਸਾਰਿਆਂ ਹੀ ਵਧਿਆ ਹੈ ਜੀ ਉਹ ਮਰ ਗਿਆ ਮਰ ਗਿਆ ਮਰ ਆ ਉਹਦੀ ਭੈਣ ਹੈ ਸੱਕੀ ਚੋਲਾ ਹੋਇਆ ਬਾਬਾ ਲੈ ਜੀ ਚੋਲਾ ਬੱਚੇ ਬੁੱਚੇ ਕੱਢਦੀ ਪਾਲਦੀ ਆ ਹੁਣ ਬੱਚੇ ਕੱਢੇ ਹੋਏ ਇਹ ਚੀਨਾ ਇਹਦੇ ਨਾਲ ਲੱਗਿਆ ਹੋਇਆ ਜੀ ਇਹ ਚੀਨਾ ਕਿਹੜਿਆਂ ਚੋਂ ਇਹ ਚੀਨਾ ਇਹ ਵੀ ਇਹਨਾਂ ਚੋਂ ਜੀ ਇਹ ਦੋਵੇਂ ਆਪ 'ਚ ਇੱਕੋ ਨਸਲ ਬਣਾ ਕੇ ਲਾਈਏ ਜੀ ਅੱਛਾ ਅੱਛਾ ਇਹਨੇ ਬੱਚੇ ਕੱਢੇ ਹੋਏ ਨੇ ਇਹ ਬੱਚਿਆਂ 'ਤੇ ਪਾਇਆ ਇਹ ਕਬੂਤਰ ਤੋਂ ਉਹ ਇੱਕੋ ਨਸਲ ਦੇ ਰਾਣਾ ਨਹੀਂ ਗੁਜ਼ਨਫਰ ਲਗਿਆ ਸੀ ਹਾਂ ਹਾਂ ਉਹਦਾ ਪੱਠਾ ਹੈ ਚੀਨੇ ਦਾ ਇਹ ਇੱਕ ਫੜਿਆ ਸੀ ਇਹਨਾਂ ਨੇ ਛੋਹਰਾਂ ਨੇ ਆਪਣਿਆਂ ਨੇ ਇਹ ਉਹਦਾ ਭਰਾ ਹੈ ਪੂਰੇ ਹੋ ਗਏ।